ਇੱਕ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਤੇ ਗੰਭੀਰ ਇਲਜ਼ਾਮ ਲੱਗੇ ਨੇ। ਦੱਸ ਦਈਏ ਕਿ ਪਿੰਡ ਦੇ ਹੀ ਸਾਬਕਾ ਸਰਪੰਚ ਦੇ ਵੱਲੋਂ ਇਹ ਇਲਜ਼ਾਮ ਲਗਾਏ ਗਏ ਨੇ, ਜਿਸ ਦੇ ਵਿੱਚ ਕਿਹਾ ਜਾ ਰਿਹਾ ਕਿ ਸਕੂਲ ਦੇ ਪ੍ਰਿੰਸੀਪਲ ਦੇ ਵੱਲੋਂ ਜੋ ਮਿਡ ਡੇ ਮੀਲ ਲਈ ਰਾਸ਼ਨ ਆਉਂਦਾ ਹੈ ਉਹ ਬਾਹਰ ਦੁਕਾਨਾਂ ਦੇ ਉੱਤੇ ਵੇਚਿਆ ਜਾ ਰਿਹਾ ਹੈ, ਤੇ ਇਸ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਇੱਕ ਜੋ ਰੇਹੜੀ ਹੈ ਉਸਦੇ ਵਿੱਚੋਂ ਰਾਸ਼ਨ ਦੇ ਜੋ ਗੱਟੇ ਨੇ ਉਹ ਉਤਾਰ ਕੇ ਰੱਖੇ ਜਾ ਰਹੇ ਨੇ, ਤੇ ਇਸੇ ਦੌਰਾਨ ਇੱਕ ਵਿਅਕਤੀ ਦੇ ਵੱਲੋਂ ਜਦੋਂ ਪੁੱਛਿਆ ਜਾਂਦਾ ਕਿ ਆਖਰ ਇਹ ਸਾਰਾ ਆਇਆ ਕਿੱਥੋਂ ਹੈ, ਤਾਂ ਉਸਦੇ ਵਿੱਚ ਜੋ ਰੇਹੜੀ ਵਾਲਾ ਹੈ ਉਹ ਖੁਦ ਕਹਿੰਦਾ ਨਜ਼ਰ ਆ ਰਿਹਾ ਕਿ ਸਾਰਾ ਹੀ ਸਕੂਲ ਦੇ ਵਿੱਚੋਂ ਆਇਆ, ਯਾਨੀ ਕਿ ਸਕੂਲ ਦੇ ਵਿੱਚ ਰਾਸ਼ਨ ਸੀ ਤਾਂ ਹੀ ਇਹ ਇੱਥੇ ਆਇਆ, ਨਹੀਂ ਅਦਰਵਾਈਜ਼ ਜੇਕਰ ਦੇਖਿਆ ਜਾਵੇ ਤਾਂ ਕਦੇ ਵੀ ਸਕੂਲ ਦੇ ਵਿੱਚੋਂ ਅਜਿਹੇ ਥੈਲੇ ਨਹੀਂ ਨਿਕਲਦੇ। ਪਰ ਦੂਜੇ ਪਾਸੇ ਜਦੋਂ ਇਸ ਮਾਮਲੇ ਨੂੰ ਲੈ ਕੇ ਪ੍ਰਿੰਸੀਪਲ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਸਦੇ ਵਿੱਚ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਵੱਲੋਂ ਕੋਈ ਵੀ ਰਾਸ਼ਨ ਨਹੀਂ ਵੇਚਿਆ ਗਿਆ, ਤੇ ਸਾਬਕਾ ਸਰਪੰਚ ਵੱਲੋਂ ਜੋ 10 ਲੱਖ ਰੁਪਏ ਗ੍ਰਾਂਟ ਆਉਣ ਦੀ ਗੱਲ ਕਹੀ ਜਾ ਰਹੀ ਹੈ, ਉਹਨਾਂ ਦਾ ਕਹਿਣਾ ਹੈ ਕਿ ਸਾਬਕਾ ਸਰਪੰਚ ਖੁਦ ਹੀ ਦੱਸ ਦੇਣ ਕਿ ਆਖਰ ਉਹ ਗ੍ਰਾਂਟ ਆਈ ਕਿੱਥੋਂ ਹੈ। ਤਾਂ ਦੱਸ ਦਈਏ ਕਿ ਇਸ ਸਭ ਨੂੰ ਲੈ ਕੇ ਸਾਬਕਾ ਸਰਪੰਚ ਦੇ ਵੱਲੋਂ ਸਕੂਲ ਦੇ ਬਾਹਰ ਧਰਨਾ ਲਗਾਇਆ ਗਿਆ, ਤੇ ਸਾਬਕਾ ਸਰਪੰਚ ਦੇ ਵੱਲੋਂ ਇਹ ਵੀ ਇਲਜ਼ਾਮ ਲਗਾਏ ਗਏ ਨੇ ਕਿ ਇੱਕ ਵਿਦਿਆਰਥੀ ਨੂੰ ਅੰਦਰ ਦਾਖਲਾ ਨਹੀਂ ਦਿੱਤਾ ਗਿਆ, ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ। ਤਾਂ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਇੱਕ ਸਕੂਲ ਦੇ ਪ੍ਰਿੰਸੀਪਲ ਤੇ ਮਿਡ ਡੇ ਮੀਲ ਦਾ ਰਾਸ਼ਨ ਖੁਰਦ ਬੁਰਦ ਕਰਨ ਦੇ ਇਲਜ਼ਾਮ ਲੱਗੇ ਨੇ, ਤੇ ਇਸੇ ਦੌਰਾਨ ਪ੍ਰਿੰਸੀਪਲ ਦਾ ਕੀ ਕੁਝ ਕਹਿਣਾ ਸੀ ਪਹਿਲਾਂ ਆਓ ਤੁਹਾਨੂੰ ਇਹ ਵੀ ਸੁਣਾ ਦਿੰਦੇ ਹਾਂ। ਸਰ ਜਿਹੜਾ ਤੁਸੀਂ ਗੱਲ ਕੀਤੀ ਜਿਹੜਾ ਧਰਨਾ ਲੱਗਾ ਬਾਹਰ, ਉਹਦੇ ਵਿੱਚ ਇਹ ਜਿਹੜੇ ਸਾਬਕਾ ਸਰਪੰਚ ਨੇ ਇੱਥੋਂ ਦੇ ਅਕਾਲੀ ਦਲ ਦੇ, ਇਹਨਾਂ ਨੇ ਲਗਭਗ 4-5 ਦਿਨ ਪਹਿਲਾਂ ਸਾਡੇ ਕੋਲ ਬੱਚਾ ਆਇਆ ਸੀ, ਬੱਚਾ ਲੈ ਕੇ ਆਈ ਸੀ, ਗਿਆਰਵੀਂ ਜਮਾਤ ਦਾ ਬੱਚਾ ਲੈ ਕੇ ਆਈ ਸੀ, ਅਤੇ ਮੈਨੂੰ ਇਹਨਾਂ ਨੇ ਮਤਲਬ ਜਿਹੜਾ ਪ੍ਰੈਸ਼ਰਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਮਤਲਬ ਤੁਸੀਂ ਜਿਹੜਾ ਇਹਨੂੰ ਦਾਖਲਾ ਦਿਓ। ਜਦਕਿ ਜਿਹੜੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਸਾਡੇ ਕੋਲ ਲੈਟਰ ਵੀ ਹੈਗੀ ਹੈ, ਇਹਦੇ ਵਿੱਚ ਜਿਹੜੀ ਲਾਸਟ ਡੇਟ ਆਫ ਐਡਮਿਸ਼ਨ ਹੈਗੀ ਹੈ 31-8 ਸੀ, 31-8 ਤੱਕ ਜਿਹੜਾ ਤੁਸੀਂ ਜਿਹੜਾ ਬੱਚਾ ਵਾ ਦਾਖਲ ਕਰ ਸਕਦੇ ਹੋ। ਪਹਿਲਾਂ ਕਿਹੜੀ ਕਲਾਸ ਤੋਂ ਲੈ ਕੇ 9ਵੀਂ ਤੋਂ ਲੈ ਕੇ 12ਵੀਂ ਤੱਕ, ਠੀਕ ਹੈ ਜੀ। ਇਹਦੇ ਵਿੱਚ ਜਿਹੜੀ ਪਹਿਲਾਂ ਐਡਮਿਸ਼ਨ ਡੇਟ ਸੀ ਲਾਸਟ ਡੇਟ ਉਹ 31-7 ਸੀ, ਜਿਹੜੀ ਕਿ ਬੋਰਡ ਨੇ ਵਧਾ ਕੇ 31-8 ਕਰ ਦਿੱਤੀ ਗਈ ਆ। 31-8 ਤੋਂ ਬਾਅਦ ਜੇਕਰ ਕੋਈ ਬੱਚਾ ਆਉਂਦਾ ਤਾਂ ਉਹਦੇ ਵਿੱਚ ਐਡਮਿਸ਼ਨ ਦੇਣ ਦਾ ਜਿਹੜਾ ਸਾਡੇ ਕੋਲ ਕੋਈ ਅਧਿਕਾਰ ਨਹੀਂ ਹੁੰਦਾ। ਇਹੀ ਗੱਲ ਉਹਨਾਂ ਨੂੰ ਸਮਝਾਈ ਸੀ, ਅਤੇ ਇਹ ਆਪਾਂ ਚਿੱਠੀ ਵੀ ਉਹਨਾਂ ਨੂੰ ਦਿਖਾਈ ਸੀ ਕਿ ਲਾਸਟ ਡੇਟ ਜਿਹੜੀ 31-8 ਹੈਗੀ ਸੀ, ਅਤੇ ਇਹ ਉਦੋਂ ਉਸ ਤੋਂ ਪਹਿਲਾਂ ਬੱਚਾ ਸਾਡੇ ਕੋਲ ਨਹੀਂ ਆਇਆ, ਅਤੇ ਇਸ ਕਰਕੇ ਇਹਦੀ ਐਡਮਿਸ਼ਨ ਨਹੀਂ ਹੋ ਸਕੀ। ਪ੍ਰਿੰਸੀਪਲ ਸਾਹਿਬ ਤੁਸੀਂ ਕਹਿ ਰਹੇ ਕਿ ਬੱਚਾ ਸਾਡੇ ਕੋਲ, ਪਰ ਬੱਚੇ ਦੇ ਬਾਪ ਅਤੇ ਬੱਚਾ ਵੀ ਕਹਿ ਰਹੇ ਜੀ ਮੈਂ ਇਹਨਾਂ ਤੋਂ ਆਉਂਦਾ ਰਿਹਾ, ਉਹ ਮੈਨੂੰ ਕਹਿੰਦੇ ਰਹੇ ਜੀ ਕਦੀ ਮੈਡਮ ਨਹੀਂ ਆਈ, ਕਦੀ ਸਾਹਿਬ ਨਹੀਂ ਆਏ। ਨਹੀਂ, ਇਸ ਤਰ੍ਹਾਂ ਕਦੀ ਨਹੀਂ ਹੁੰਦਾ ਜੀ। ਦੇਖੋ, ਮੇਰਾ ਤਾਂ ਇਹਦੇ 'ਚ ਕੋਈ ਰੋਲ ਨਹੀਂ ਹੁੰਦਾ, ਜਿਹੜਾ ਇੰਚਾਰਜ ਆ ਪਲੱਸ ਵਨ ਦਾ ਇੰਚਾਰਜ, ਉਹਨੇ ਐਡਮਿਸ਼ਨ ਕਰਨੀ ਹੁੰਦੀ ਹੈ, ਮੇਰੇ ਕੋਲ ਬਾਅਦ 'ਚੋਂ ਐਡਮਿਸ਼ਨ ਫੋਰਮ ਆਉਂਦਾ ਵਾ ਸਾਈਨ ਹੋਣ ਵਾਸਤੇ। ਦੂਸਰੀ ਗੱਲ ਹੈ ਕਿ ਜਦੋਂ ਐਡਮਿਸ਼ਨ ਹੁੰਦੀ ਹੈ ਤਾਂ ਉਹਦੇ ਵਿੱਚ ਜਿਹੜਾ ਵਾ ਪੇਰੈਂਟਸ ਵਗੈਰਾ ਸਾਈਨ ਹੁੰਦੇ ਨੇ। ਹੁਣ ਬੱਚਾ ਜਿਹੜਾ ਕਲਾਸ ਪਾਸ ਕਰਕੇ ਆਇਆ ਉਹਦਾ ਲਾਸਟ ਅਟੈਂਡਿੰਗ ਸਰਟੀਫਿਕੇਟ ਹੁੰਦਾ ਨਾਲ। ਪਰ ਬੱਚੇ ਦਾ ਕਹਿਣਾ ਕਿ ਰੈਗੂਲਰ ਸਕੂਲ ਦੇ ਵਿੱਚ ਮੈਂ ਆਉਂਦਾ ਰਿਹਾ ਵਾਂ, ਪਰ ਰੈਗੂਲਰ ਜੇ ਸਕੂਲ 'ਚ ਆ ਰਿਹਾ ਤਾਂ ਐਡਮਿਸ਼ਨ ਕਿਉਂ, ਕੀ ਕਾਰਨ ਰਿਹਾ ਨਾ ਹੁਣ? ਨਹੀਂ, ਰੈਗੂਲਰ ਜੇ ਸਕੂਲ ਆਉਂਦਾ ਰਿਹਾ ਤਾਂ ਫਿਰ ਐਡਮਿਸ਼ਨ ਕਿਉਂ ਨਹੀਂ ਕਰਾਈ ਉਹਨੇ? ਇਹ ਬਿਲਕੁਲ ਝੂਠ ਹੈ। 5 ਮਹੀਨੇ ਮੇਰੇ ਟੀਚਰਸ ਬੈਠੇ ਨੇ, ਤੁਸੀਂ ਜਿੱਦ ਤੋਂ ਮਰਜ਼ੀ ਪੁੱਛ ਸਕਦੇ ਹੋ, 5 ਮਹੀਨੇ ਬੱਚਾ ਨਹੀਂ ਹੈ ਸਕੂਲ ਆਇਆ। ਵੈਸੇ 10ਵੀਂ ਉਹਨੇ ਇੱਥੋਂ ਕੀਤੀ? 10ਵੀਂ ਕੀਤੀ ਮੈਡਮ, ਇੱਥੋਂ ਕੀਤੀ ਉਹਨੇ। ਪਰ ਇਹ ਸਰ 10ਵੀਂ 'ਚ ਰੈਗੂਲਰ ਸੀ ਨਾ, ਉਸ ਤੋਂ ਬਾਅਦ ਤਾਂ ਕੋਈ ਰੈਗੂਲਰ ਨਹੀਂ ਨਾਗਾ। ਕਲਾਸ 1 ਦੇ ਵਿੱਚ ਐਡਮਿਸ਼ਨ ਲੈਣ ਦੀ ਲਾਸਟ ਡੇਟ 31-8 ਹੈ। ਇਹਨਾਂ ਨੇ ਹੋਰ ਵੀ ਲਾਇਆ ਜੀ ਇਲਜ਼ਾਮ ਕਿ ਜਿਹੜਾ ਧਰਨਾ ਲੱਗਾ ਬੈਠੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਜੀ ਕਿ ਇੱਕ ਤੁਹਾਡੀ ਆਡੀਓ ਅਤੇ ਵੀਡੀਓ ਵਾਇਰਲ ਹੋਈ ਜਿਹ 'ਚ ਮਿਡ ਡੇ ਮੀਲ ਦਾ ਸਮਾਨ ਬਾਹਰ ਵੇਚਿਆ ਜਾ ਰਿਹਾ। ਸਰ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ, ਇਹ ਜਿਹੜਾ ਇਹ ਮੁੱਦਾ ਵੈ ਇਹ ਕੇਸ ਨੂੰ ਜਿਹੜਾ ਪ੍ਰੈਸ਼ਰ ਕ੍ਰੀਏਟ ਕਰਨ ਵਾਸਤੇ ਇਹ ਸਾਰੀਆਂ ਗੱਲਾਂ ਕੀਤੀਆਂ ਜਾ ਰਹੀਆਂ, ਕਿਉਂਕਿ ਜਦੋਂ ਲਾਸਟ ਟਾਈਮ ਇਹ ਗੱਲ ਹੋਈ ਹੈ, ਜਦੋਂ ਇਹਨਾਂ ਨੂੰ ਕਨਵਿੰਸ ਅਸੀਂ ਕਰਕੇ ਭੇਜਿਆ,
ਉਹ ਉਸ ਦਿਨ ਹੀ ਸਾਨੂੰ ਧਮਕੀ ਦੇ ਗਏ ਸੀ, ਸਾਨੂੰ ਥ੍ਰੈਟ ਕਰ ਗਏ ਸੀ ਕਿ ਲਓ ਜੀ ਮੈਂ ਤੁਹਾਡੀਆਂ ਤੁਹਾਡੇ ਖਿਲਾਫ਼ ਇਹ ਜਿਹੜੇ ਸਾਬਕਾ ਸਰਪੰਚ ਸਾਹਿਬ ਨੇ ਇਹ ਉਸ ਦਿਨ ਹੀ ਸਾਨੂੰ ਥ੍ਰੈਟ ਕਰ ਗਏ ਸੀ, ਅਤੇ ਇਸ ਕਰਕੇ ਇਹਦੇ ਵਿੱਚ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ। ਮੇਨ ਮੁੱਦਾ ਇਹ ਹੀ ਹੈ ਅਤੇ ਮਤਲਬ ਉਹਨਾਂ ਨੇ ਇਸ਼ੂ ਬਣਾ ਲਿਆ, ਪੋਲੀਟੀਕਲ ਇਸ਼ੂ ਬਣਾ ਲਿਆ ਕਿ ਲਓ ਜੀ ਐਡਮਿਸ਼ਨ ਦਵਾ ਕੇ ਦਵਾਂਗੇ। ਤਾਂ ਦੱਸਿਆ ਜਾ ਰਿਹਾ ਕਿ 10 ਲੱਖ ਦੀ ਕੋਈ ਗ੍ਰਾਂਟ ਆਈ ਸੀ ਸਕੂਲ ਨੂੰ, ਉਹ ਅਜੇ ਤੱਕ ਜਿਹੜੀ ਹੈ ਗ੍ਰਾਂਟ ਲੱਗ ਨਹੀਂ ਪਾਈ, ਕੀ ਕਾਰਨ ਰਿਹਾ ਨਹੀਂ ਜਿਹੜੀ ਲੱਗ ਪਾਈ? ਨਹੀਂ ਸਰ, ਇਹੋ ਜਿਹੀ ਤਾਂ ਕੋਈ ਗੱਲ ਨਹੀਂ ਹੈਗੀ, 10 ਲੱਖ ਦੀ ਕੋਈ ਗ੍ਰਾਂਟ ਨਹੀਂ ਆਈ। ਅਤੇ ਦੂਸਰੀ ਗੱਲ ਹੈ ਕਿ ਨਾਲ ਤੁਸੀਂ ਆਪ ਇਹ ਵੀ ਕਹਿ ਰਹੇ ਹੋ ਕਿ 10 ਲੱਖ ਦੀ ਗ੍ਰਾਂਟ ਹਜੇ ਯੂਜ਼ ਨਹੀਂ ਹੋ ਪਾਈ। ਇਹ ਸਾਡੇ ਚੇਅਰਮੈਨ ਸਾਹਿਬ ਬੈਠੇ ਨੇ ਕੋਲ, ਇਹਨਾਂ ਦੀ ਰਜ਼ਾਮੰਦੀ ਦੇ ਨਾਲ ਪ੍ਰੋਪਰ SMC ਦੇ ਮਤੇ ਪਾ ਕੇ, SMC ਦੀ ਕਮੇਟੀ ਦੀ ਰਜ਼ਾਮੰਦੀ ਦੇ ਨਾਲ ਪ੍ਰੋਪਰ ਟੀਮਾਂ ਬਣਾ ਕੇ ਜਿਹੜੀਆਂ ਗ੍ਰਾਂਟਾਂ ਖਰਚੀਆਂ ਜਾਂਦੀਆਂ ਨੇ, ਕੋਈ 10 ਲੱਖ ਦੀ ਗ੍ਰਾਂਟ ਨਹੀਂ ਆਈ। ਇਹ ਤਾਂ ਉਹਨਾਂ ਨੂੰ ਤੁਸੀਂ ਪੁੱਛ ਸਕਦੇ ਕਿ 10 ਲੱਖ ਦੀ ਗ੍ਰਾਂਟ ਕਰਨੀ। ਅੱਜ ਸਾਡੇ ਪਿੰਡ ਇੱਕ SC ਬੱਚੇ ਨੂੰ ਐਡਮਿਸ਼ਨ ਨਾ ਦੇਣ ਕਰਕੇ ਜਿਹੜਾ ਵਾ ਮਾਪਿਆਂ ਵੱਲੋਂ ਅਤੇ ਪਿੰਡ ਵਾਸੀਆਂ ਵੱਲੋਂ ਜਿਹੜਾ ਵਾ ਪ੍ਰਿੰਸੀਪਲ ਦੇ ਖਿਲਾਫ਼ ਜਿਹੜਾ ਵਾ ਉਹ ਰੋਸ ਪ੍ਰਦਰਸ਼ਨ ਜਿਹੜਾ ਵਾ ਕੀਤਾ ਗਿਆ ਸੀਨੀਅਰ ਸੈਕੰਡਰੀ ਸਕੂਲ ਦੇ ਬਾਹਰ, ਔਰ ਉਹਦੇ ਨਾਲ ਨਾਲ ਇੱਕ ਪ੍ਰਿੰਸੀਪਲ ਜਿਹੜਾ ਵਾ ਉਹ ਮਿਡ ਡੇ ਮੀਲ ਦਾ ਰਾਸ਼ਨ ਜਿਹੜਾ ਵਾ ਵੇਚਦਾ ਵੇਚਦੇ ਹੋਏ ਦੀ ਜਿਨ੍ਹਾਂ ਦੀ ਵੀਡੀਓ ਸਾਡੇ ਕੋਲ ਮੌਜੂਦ ਹੈ, ਜਿਹੜੀ ਮੀਡੀਆ ਦੇ ਵਿੱਚ ਅਸੀਂ ਜਿਹੜੀ ਆ ਆਉਣ ਵਾਲੇ ਸਮੇਂ 'ਚ ਜਿਹੜੀ ਤੁਹਾਡੇ ਵਟਸਐਪ 'ਤੇ ਜਾਂ ਤੁਹਾਨੂੰ ਦੇ ਦੇਵਾਂਗੇ। ਔਰ ਨਾਲ ਹੀ ਆਡੀਓ ਵੀ ਇੱਕ ਵਾਇਰਲ ਹੋਈ ਆ ਜਿਹਦੇ ਵਿੱਚ ਸਾਫ਼ ਸਾਫ਼ ਕਹਿ ਰਿਹਾ ਕਿ 6 ਤੋੜੇ ਜਿਹੜੇ ਆ ਉਹ ਮੈਂ ਆਪਣੀ ਮਰਜ਼ੀ ਨਾਲ ਬਾਹਰ ਭੇਜ ਰਿਹਾ ਚਾਵਲਾਂ ਦੇ। ਹੁਣ ਗਰੀਬ ਬੱਚਿਆਂ ਦੇ ਪਰਿਵਾਰ ਦੇ ਜਿਹੜੇ ਆ ਉਹ ਬੱਚੇ ਜਿਹੜੇ ਮਿਡ ਡੇ ਮੀਲ ਦਾ ਰਾਸ਼ਨ ਖਾ ਰਹੇ ਆ, ਅਤੇ ਉਹਨਾਂ ਦਾ ਰਾਸ਼ਨ ਜਿਹੜਾ ਵਾ ਜਾਣ ਬੁੱਝ ਕੇ ਬੇਬੁਨਿਆਦ ਤਰੀਕੇ ਨਾਲ ਜਿਹੜਾ ਵਾ ਉਹ ਚੱਕੀ 'ਤੇ ਜਿਹੜਾ ਵੇਚਿਆ ਜਾ ਰਿਹਾ। ਇਹਨਾਂ ਦੇ ਖਿਲਾਫ਼ ਫੂਡ ਕਮਿਸ਼ਨ ਪੰਜਾਬ ਜਿਹੜੇ ਤੁਰੰਤ ਜਿਹੜਾ ਵਾ ਉਹ ਐਕਸ਼ਨ ਲੈਣ, ਸਾਡੀ ਹੱਥ ਜੋੜ ਕੇ ਬੇਨਤੀ ਆ। ਔਰ ਦੂਜਾ ਜਿਹੜਾ ਵਾ ਗਰੀਬ ਬੱਚਾ ਸ਼ਮਸ਼ੇਰ ਸਿੰਘ ਜਿਹੜਾ ਵਾ ਗਰੀਬ ਭਾਈਚਾਰੇ ਨਾਲ ਸੰਬੰਧ ਰੱਖਦਾ, ਜਿਹਨੂੰ ਐਡਮਿਸ਼ਨ 5-6 ਵਾਰ ਜਾਣ ਆਪਣਾ ਚੱਕਰ ਮਾਰਨ 'ਤੇ ਵੀ ਜਿਹੜੀ ਆ ਉਹ ਐਡਮਿਸ਼ਨ ਜਿਹੜੀ ਆ ਉਹ ਨਹੀਂ ਦਿੱਤੀ ਗਈ। ਸਾਡੀ ਹੱਥ ਜੋੜ ਕੇ ਬੇਨਤੀ ਆ ਵੀ ਪਹਿਲ ਦੇ ਆਧਾਰ 'ਤੇ ਇਹਨਾਂ ਨੂੰ ਜਿਹੜੀ ਆ ਐਡਮਿਸ਼ਨ ਦੇ ਕੇ ਇਹਨਾਂ ਨੂੰ ਜਿਹੜਾ ਵਾ ਪੜ੍ਹਾਈ ਤੋਂ ਜਿਹੜਾ ਵਾ ਕੰਟੀਨਿਊ ਪੜ੍ਹਾਈ ਜਿਹੜੀ ਆ ਕਰਵਾਈ ਜਾਵੇ, ਔਰ ਨਾ ਪੜ੍ਹਾਈ ਤੋਂ ਵਾਂਝਾ ਨਾ ਰੱਖਿਆ ਜਾਵੇ। ਦੂਜੀ ਗੱਲ ਜਿਹੜੀ ਇਹਨਾਂ ਨੇ ਚੱਕੀ ਦੇ ਉੱਤੇ ਜਿਹੜੀ ਆ ਕਣਕ ਆਪਣਾ ਚਾਵਲ ਵੇਚੇ ਆ ਉਹਨੂੰ ਜਿਹੜੀ ਉਹਦੇ ਉੱਤੇ ਤੁਰੰਤ ਕਾਰਵਾਈ ਕਰਕੇ ਪ੍ਰਿੰਸੀਪਲ ਨੂੰ ਮੁਅੱਤਲ ਕਰਕੇ ਇੱਥੋਂ ਜਿਹੜਾ ਵਾ ਉਹਦੇ ਤੁਰੰਤ ਉਹਦੇ ਖਿਲਾਫ਼ ਜਿਹੜੀ ਆ ਸਿੱਟ ਬਣਾ ਕੇ ਕਾਰਵਾਈ ਦੀ ਜਾਂਚ ਜਿਹੜੀ ਸ਼ੁਰੂ ਕੀਤੀ ਜਾਵੇ। ਔਰ ਨਾਲ ਦੀ ਨਾਲ ਜਿਹੜੀਆਂ 10 ਲੱਖ ਦੀਆਂ ਗ੍ਰਾਂਟਾਂ ਇਸੇ ਸਕੂਲ 'ਚ 9 ਮਹੀਨਿਆਂ 'ਚ ਆਈਆਂ ਜਿਹੜੀਆਂ ਵਾ ਉਹ ਅੱਜ ਤੱਕ ਕਿਸੇ ਫਰਨੀਚਰ ਦੀ ਆ ਟੋਇਲਟ ਦੀ ਆ ਅਦਰ ਹੋਰ ਜਿਹੜੀਆਂ ਗ੍ਰਾਂਟਾਂ ਜਿਹੜੀਆਂ 10 ਲੱਖ ਦੇ ਰੂਪ ਦੇ ਵਿੱਚ ਸਾਡੇ ਕੋਲ ਉਹਦੀ ਲਿਸਟ ਆ ਜਿਹੜੀ ਅਸੀਂ ਤੁਹਾਡੇ ਮੀਡੀਆ ਸਾਹਮਣੇ ਜਨਤਕ ਕਰ ਰਹੇ ਹਾਂ। ਉਹਦੇ ਮੁਤਾਬਕ ਸਕੂਲ ਦੇ ਅੰਦਰ 1 ਵੀ ਜਿਹੜਾ ਵਾ ਉਹ ਕੰਮ ਜਿਹੜਾ ਮੁਕੰਮਲ ਤਰੀਕੇ ਨਾਲ ਨਹੀਂ ਕੀਤਾ ਗਿਆ। ਉਹਦੇ ਵਿੱਚ ਵੀ ਬਹੁਤ ਵੱਡੇ ਪੱਧਰ 'ਤੇ ਜਿਹੜੀ ਆ ਪ੍ਰਿੰਸੀਪਲ ਵੱਲੋਂ ਔਰ ਆਲਾ ਸਟਾਫ ਵੱਲੋਂ ਜਿਹੜਾ ਵਾ ਉਹ ਘਾਣ ਕੀਤਾ ਗਿਆ। ਮੇਰੀ ਹੱਥ ਬੰਨ ਕੇ ਪ੍ਰਸ਼ਾਸਨ ਅੱਗੇ ਬੇਨਤੀ ਆ ਕਿ ਉਹ ਤੁਰੰਤ ਇਹਦੇ ਖਿਲਾਫ਼ ਜਿਹੜਾ ਐਕਸ਼ਨ ਲੈ ਕੇ ਜਿਹੜੇ ਗਰੀਬਾਂ ਦੀ ਜਿਹੜੀਆਂ ਹੱਕਾਂ 'ਤੇ ਜਿਹੜਾ ਡਾਕਾ ਵੱਜ ਰਿਹਾ ਉਹਨਾਂ ਦੀ ਉਹਨਾਂ ਨੂੰ ਜਿਹੜਾ ਵਾ ਜਿਹੜਾ ਇਨਸਾਫ਼ ਦਿੱਤਾ ਜਾਵੇ।